ਮਤਲਬ ਸਭ ਰੁਝੇਵਿਆਂ ਦੇ ਬਾਵਜੂਦ ਤੁਸੀਂ ਵੱਖ ਵੱਖ ਸਰਗਰਮੀਆਂ ਦੇ ਵਿੱਚ ਸ਼ਾਮਿਲ ਰਹਿੰਦੇ ਹੋ, ਕਿੰਨਾ ਕੁ ਔਖਾ ਹੈ ਸਮਾਂ ਕੱਢਣਾ? ਕੋਈ ਗੱਲ ਨਹੀਂ, ਪੈਸਾ ਦੋ ਪਲਾਓ, ਮੈਂ ਤਾਂ ਆ ਜਾਣਾ। ਹੋਰ ਅਗਲੇ ਕੀ ਰੁਝੇਵੇਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਤੁਹਾਨੂੰ ਕਿੱਥੇ ਦੇਖਾਂ? ਕੈਰੀ ਓਨ ਜੱਟਾ 3 ਫਿਲਮ ਸੁਪਰ ਡੁਪਰ ਹਿੱਟ ਹੋਈ ਆ, 100 ਕਰੋੜ ਦਾ ਅੰਕੜਾ ਅੱਜ ਪਾਰ ਕਰ ਚੁੱਕੀ ਆ। ਕਿਉਂਕਿ ਉਮੀਦਾਂ ਨੇ ਸਾਡੀ ਆਡੀਅੰਸ ਨੂੰ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਜਾ ਕੇ ਵੀ ਆਪਣੀ ਅਦਾਕਾਰੀ ਦਾ ਦਮ ਖਮਾਓ। ਬਹੁਤ ਆਫਰਸ ਆਉਂਦੀਆਂ ਨੇ ਹਿੰਦੀ ਦੀਆਂ, ਹਿੰਦੀ ਬੋਲਣੀ ਨਹੀਂ ਆਉਂਦੀ। ਹੁਣ ਪਿੱਛੇ ਜੇ ਕਪਿਲ ਜੀ ਦੇ ਸ਼ੋਅ 'ਚ ਮੈਂ ਜਾ ਕੇ ਆਇਆ, ਉੱਥੇ ਪਹਿਲਾਂ ਤਾਂ ਮੈਨੂੰ ਦੱਸ ਬੈਠੇ ਉਹ ਵੀ ਸਾਡੇ ਕੋਲ ਅੰਗਰੇਜ਼ ਆਏ ਸੀ, ਉਹ ਬੋਲ ਕੇ ਗਏ। ਮੈਂ ਕਿਹਾ ਉਹਨਾਂ ਦੀ ਗੱਲ ਕਿਵੇਂ ਸਮਝ ਆ ਗਈ? ਕਹਿੰਦੇ ਅਸੀਂ ਟ੍ਰਾਂਸਲੇਟ ਕਰਦੇ ਰਹੇ 5 ਮਿੰਟ ਬਾਅਦ। ਜਦੋਂ ਮੈਂ ਗੱਲ ਸ਼ੁਰੂ ਕੀਤੀ, ਮੈਨੂੰ ਕਹਿੰਦੇ ਅਰਚਨਾ ਜੀ ਕਹਿ ਰਹੇ ਨੇ ਭੱਲਾ ਜੀ ਨੂੰ ਕੋਈ ਹਿੰਦੀ ਮੈਂ ਬਾਤ ਕਰੇ। ਮੈਂ ਕਿਹਾ ਜਿਹੜੇ ਪਰਸੋਂ ਅੰਗਰੇਜ਼ ਆਏ ਸੀ ਹਿੰਦੀ 'ਚ ਕਰਕੇ ਗਏ, ਜੇ ਉਹਨਾਂ ਦੀ ਟ੍ਰਾਂਸਲੇਟ ਕਰ ਸਕਦੇ ਹੋ ਸਾਡੀ ਪੰਜਾਬੀ ਟ੍ਰਾਂਸਲੇਟ ਕਰੋ। ਇੱਕ ਮੇਰੇ ਬੇਟੇ ਪੁਖਰਾਜ ਦੀ ਫਿਲਮਾਂ ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਉਹ 18 ਅਗਸਤ ਨੂੰ ਰਿਲੀਜ਼ ਹੋ ਰਹੀ ਆ। ਸਭ ਜਿੰਨੇ ਵੀ ਸਾਡੇ ਕਲਾਕਾਰ ਨੇ, ਉੱਪਰ ਦੇ ਕਲਾਕਾਰ ਨੇ, ਅੱਗੇ ਆਉਣਾ ਚਾਹੁੰਦੇ ਨੇ, ਇਸ ਫੀਲਡ ਦੇ ਵਿੱਚ ਆਪਣਾ ਮੁਕਾਮ ਹਾਸਲ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਤੁਹਾਡਾ ਕੀ ਸੰਦੇਸ਼? ਕੋਈ ਵੀ ਆਰਟਿਸਟ ਆ ਕਿੱਥੋਂ ਚੱਲ ਕੇ ਕਿੱਥੇ ਤੱਕ ਪਹੁੰਚਦਾ, ਹਰ ਕੋਈ ਜਾਣਾ ਚਾਹੁੰਦਾ, ਪਰ ਇੰਨਾ ਕੁ ਜ਼ਰੂਰ ਦੇਖ ਲਿਆ ਕਰਨ ਵੀ ਇੱਥੋਂ ਤੋਂ ਲੈ ਕੇ ਉੱਥੇ ਤੱਕ ਪਹੁੰਚਣ ਤੱਕ ਜਿਹੜਾ ਵੀ ਪਹੁੰਚਿਆ ਉਸ ਇਨਸਾਨ ਦੀ ਘਾਲਣਾ ਕਿੰਨੀ ਕੁ। ਅੱਜ ਕੱਲ੍ਹ ਜਿੰਨੇ ਵੀ ਨੇ ਸਿੱਧੀ ਛਾਲ ਸਿਲਵਰ ਸਕਰੀਨ 'ਤੇ ਮਾਰਨਾ ਚਾਹੁੰਦੇ ਆ, ਬਾਕੀ ਸਾਰੇ ਬਾਈਪਾਸ ਕਰਨਾ ਚਾਹੁੰਦੇ ਆ। ਸਟੈਪ ਬਾਈ ਸਟੈਪ ਜਾਓਗੇ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਸਾਡੇ ਨਾਲ ਮੌਜੂਦ ਨੇ ਫਿਲਮ ਅਦਾਕਾਰ ਕਮੇਡੀਅਨ ਜਸਵਿੰਦਰ ਭੱਲਾ, ਉਹਨਾਂ ਦੇ ਨਾਲ ਖਾਸ ਗੱਲਬਾਤ ਕਰਨ ਜਾ ਰਹੇ ਹਾਂ, ਤੁਹਾਡੀ ਗੱਲਬਾਤ ਕਰਵਾਵਾਂਗੇ, ਉਹਨਾਂ ਦੇ ਦਿਲ ਦੀਆਂ ਗੱਲਾਂ ਜਾਣਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਅੱਗੇ ਵੱਧ ਰਹੇ ਨੇ, ਕੀ ਉਹਨਾਂ ਦੇ ਰੁਝੇਵੇਂ ਨੇ, ਕਿਹੜੀਆਂ ਫਿਲਮਾਂ ਉਹ ਤੁਹਾਡੇ ਲਈ ਸਕਰੀਨ ਦੇ ਉੱਤੇ ਲੈ ਕੇ ਆਉਣਗੇ, ਅਤੇ ਉਹ ਚੱਲਦੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਜ਼ਰੂਰ ਕਰਵਾ ਦਿੰਦੇ ਹਾਂ। ਭੱਲਾ ਸਾਹਿਬ, ਰੁਝੇਵਿਆਂ ਦੇ ਬਾਵਜੂਦ ਤੁਸੀਂ ਵੱਖ ਵੱਖ ਸਰਗਰਮੀਆਂ ਦੇ ਵਿੱਚ ਸ਼ਾਮਿਲ ਰਹਿੰਦੇ ਹੋ, ਕਿੰਨਾ ਕੁ ਔਖਾ ਹੈ ਸਮਾਂ ਕੱਢਣਾ? ਕੋਈ ਗੱਲ ਨਹੀਂ, ਪੈਸਾ ਦੋ ਪਲਾਓ, ਮੈਂ ਤਾਂ ਆ ਜਾਣਾ। ਹੋਰ ਅਗਲੇ ਕੀ ਰੁਝੇਵੇਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਤੁਹਾਨੂੰ ਕਿੱਥੇ ਦੇਖਾਂ? ਹੁਣੇ ਜੇ ਪਿੱਛੇ ਜੇ ਸਾਡੀ ਕੈਰੀ ਓਨ ਜੱਟਾ 3 ਫਿਲਮ ਸੁਪਰ ਡੁਪਰ ਹਿੱਟ ਹੋਈ ਆ, 100 ਕਰੋੜ ਦਾ ਅੰਕੜਾ ਅੱਜ ਪਾਰ ਕਰ ਚੁੱਕੀ ਆ। ਸੋ ਮੈਂ ਧੰਨਵਾਦੀ ਹਾਂ ਸਾਰੀ ਆਡੀਅੰਸ ਦਾ, ਖਾਸ ਕਰ ਪਰਮਾਤਮਾ ਦਾ, ਔਰ ਉਸ ਤੋਂ ਬਾਅਦ ਵੀ ਲਗਾਤਾਰ ਫਿਲਮਾਂ ਆਉਂਦੀਆਂ ਰਹਿਣਗੀਆਂ ਮੇਰੀਆਂ। ਹੁਣ ਅੱਗੇ ਵੀ 4-5 ਫਿਲਮਾਂ ਤਿਆਰ ਪਈਆਂ ਨੇ, ਇੱਕ ਮੇਰੇ ਬੇਟੇ ਪੁਖਰਾਜ ਦੀ ਫਿਲਮਾਂ ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਉਹ 18 ਅਗਸਤ ਨੂੰ ਰਿਲੀਜ਼ ਹੋ ਰਹੀ ਆ। ਫਿਰ ਫਿਲਮ ਆਊਗੀ ਇੱਕ, ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਅਤੇ ਉਹ ਆਏਗੀ, ਔਰ ਫਿਰ ਇੱਕ ਫਿਰ ਮਾਮਲਾ ਗੜਬੜ ਹੈ ਉਹ ਮੂਵੀ ਆ। ਕਈ ਮੂਵੀ ਲਾਈਨ ਦੇ ਵਿੱਚ ਲੱਗੀਆਂ ਪਈਆਂ ਨੇ ਹਜੇ, ਜਿਹੜੀਆਂ ਬਹੁਤ ਜਲਦ ਰਿਲੀਜ਼ ਹੋਣਗੀਆਂ, ਇਸੇ ਸਾਲ ਹੋਣਗੀਆਂ। ਅਤੇ ਭੱਲਾ ਸਾਹਿਬ, ਜਿੰਨੇ ਵੀ ਸਾਡੇ ਕਲਾਕਾਰ ਨੇ, ਉੱਭਰ ਦੇ ਕਲਾਕਾਰ ਨੇ, ਅੱਗੇ ਆਉਣਾ ਚਾਹੁੰਦੇ ਨੇ, ਇਸ ਫੀਲਡ ਦੇ ਵਿੱਚ ਆਪਣਾ ਮੁਕਾਮ ਹਾਸਲ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਤੁਹਾਡਾ ਕੀ ਸੰਦੇਸ਼? ਮੈਂ ਸਿਰਫ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਹਰ ਇੱਕ ਦਾ ਇੱਕ ਡ੍ਰੀਮ ਹੁੰਦਾ ਸਿਲਵਰ ਸਕਰੀਨ 'ਤੇ ਆਉਣਾ। ਕੋਈ ਵੀ ਆਰਟਿਸਟ ਆ ਕਿੱਥੋਂ ਚੱਲ ਕੇ ਕਿੱਥੇ ਤੱਕ ਪਹੁੰਚਦਾ, ਹਰ ਕੋਈ ਜਾਣਾ ਚਾਹੁੰਦਾ, ਪਰ ਇੰਨਾ ਕੁ ਜ਼ਰੂਰ ਦੇਖ ਲਿਆ ਕਰਨ ਵੀ ਇੱਥੋਂ ਤੋਂ ਲੈ ਕੇ ਉੱਥੇ ਤੱਕ ਪਹੁੰਚਣ ਤੱਕ ਜਿਹੜਾ ਵੀ ਪਹੁੰਚਿਆ ਉਸ ਇਨਸਾਨ ਦੀ ਘਾਲਣਾ ਕਿੰਨੀ ਕੁ ਹੈ। ਕਿਹੜੇ ਸਟੈਪ ਤੋਂ ਸ਼ੁਰੂ ਹੋਇਆ ਸੀ, ਡਰਾਮਿਆਂ ਤੋਂ ਸ਼ੁਰੂ ਹੋਇਆ, ਸਟੇਜ ਤੋਂ ਸ਼ੁਰੂ ਹੋਇਆ, ਟੀਵੀ ਤੋਂ ਸ਼ੁਰੂ ਹੋਇਆ, ਰੇਡੀਓ ਤੋਂ ਸ਼ੁਰੂ ਹੋਇਆ, ਕੈਸਟਾਂ ਕੱਢੀਆਂ, ਸੀਡੀਆਂ ਕੱਢੀਆਂ, ਵੀਡੀਓ ਫਿਲਮਾਂ ਕੱਢੀਆਂ, ਫਿਰ ਜਾ ਕੇ ਕਿਤੇ ਫਿਲਮ ਸਿਨੇਮੇ ਦੀ ਵਾਰੀ ਆਉਂਦੀ ਆ ਜਿੱਥੇ ਅਸੀਂ ਸਿਲਵਰ ਸਕਰੀਨ ਕਹਿੰਦੇ ਹਾਂ। ਅੱਜ ਕੱਲ੍ਹ ਜਿੰਨੇ ਵੀ ਨੇ ਉਹ ਸਿੱਧੀ ਛਾਲ ਸਿਲਵਰ ਸਕਰੀਨ 'ਤੇ ਮਾਰਨਾ ਚਾਹੁੰਦੇ ਆ, ਬਾਕੀ ਸਾਰੇ ਬਾਈਪਾਸ ਕਰਨਾ ਚਾਹੁੰਦੇ ਆ। ਸਟੈਪ ਬਾਈ ਸਟੈਪ ਜਾਓਗੇ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ, ਤੁਹਾਡਾ ਤਜ਼ਰਬਾ ਡੇ ਬਾਈ ਡੇ ਵੱਧਦਾ ਜਾਊਗਾ, ਪਰਮਾਤਮਾ ਤੁਹਾਡੇ ਨਾਲ ਹੋਊਗਾ, ਪਰ ਮਿਹਨਤ ਉਹ ਜ਼ਰੂਰੀ ਹੈ। ਅੱਛਾ ਭੱਲਾ ਸਾਹਿਬ, ਪੰਜਾਬ ਦੇ ਵਿੱਚ ਤੁਹਾਨੂੰ ਦੇਖ ਰਹੇ ਹਾਂ ਤਾਂ ਕਦੇ ਅਜਿਹਾ ਸਮਾਂ ਆਏਗਾ, ਕਿਉਂਕਿ ਉਮੀਦਾਂ ਨੇ ਸਾਡੀ ਆਡੀਅੰਸ ਨੂੰ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਜਾ ਕੇ ਵੀ ਆਪਣੀ ਅਦਾਕਾਰੀ ਦਾ ਦਮ ਖਮਾਓ? ਬਹੁਤ ਆਫਰਸ ਆਉਂਦੀਆਂ ਨੇ ਹਿੰਦੀ ਦੀਆਂ, ਹਿੰਦੀ ਬੋਲਣੀ ਨਹੀਂ ਆਉਂਦੀ, ਬੋਲ ਦਈਦੀ ਆ, ਧੱਕੇ ਨਾਲ ਬੋਲ ਦਈਦੀ ਆ। ਹੁਣ ਪਿੱਛੇ ਜੇ ਕਪਿਲ ਜੀ ਦੇ ਸ਼ੋਅ 'ਚ ਮੈਂ ਜਾ ਕੇ ਆਇਆ, ਉੱਥੇ ਪਹਿਲਾਂ ਤਾਂ ਮੈਨੂੰ ਦੱਸ ਬੈਠੇ ਉਹ ਵੀ ਸਾਡੇ ਕੋਲ ਅੰਗਰੇਜ਼ ਆਏ ਸੀ, ਉਹ ਬੋਲ ਕੇ ਗਏ। ਮੈਂ ਕਿਹਾ ਉਹਨਾਂ ਦੀ ਗੱਲ ਕਿਵੇਂ ਸਮਝ ਆ ਗਈ? ਕਹਿੰਦੇ ਅਸੀਂ ਟ੍ਰਾਂਸਲੇਟ ਕਰਦੇ ਰਹੇ 5 ਮਿੰਟ ਬਾਅਦ। ਜਦੋਂ ਮੈਂ ਗੱਲ ਸ਼ੁਰੂ ਕੀਤੀ, ਮੈਨੂੰ ਕਹਿੰਦੇ ਅਰਚਨਾ ਜੀ ਕਹਿ ਰਹੇ ਨੇ ਭੱਲਾ ਜੀ ਨੂੰ ਕੋਈ ਹਿੰਦੀ ਮੈਂ ਬਾਤ ਕਰੇ। ਮੈਂ ਕਿਹਾ ਜਿਹੜੇ ਪਰਸੋਂ ਅੰਗਰੇਜ਼ ਆਏ ਸੀ ਹਿੰਦੀ 'ਚ ਕਰਕੇ ਗਏ, ਜੇ ਉਹਨਾਂ ਦੀ ਟ੍ਰਾਂਸਲੇਟ ਕਰ ਸਕਦੇ ਹੋ ਸਾਡੀ ਪੰਜਾਬੀ ਟ੍ਰਾਂਸਲੇਟ ਕਰੋ। ਸੋ ਵੀ ਆਰ ਪ੍ਰਾਊਡ ਟੂ ਬੀ ਪੰਜਾਬੀ, ਪੰਜਾਬੀ 'ਤੇ ਸਾਨੂੰ ਮਾਣ ਆ, ਆਪਣੀ ਮਾਂ ਬੋਲੀ 'ਤੇ ਮਾਣ ਆ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ। ਕੋਈ ਗੱਲ ਨਹੀਂ, ਜਦੋਂ ਕੋਈ ਆਫਰ ਆਏਗੀ ਹਿੰਦੀ ਦੀ ਤਾਂ ਅਸੀਂ ਜ਼ਰੂਰ ਕਰਾਂਗੇ ਜੀ।
बिल्कुल जी, भला साहब साढ़े नाल सीगे जिना ने अपना कीमती समा सानू दिता। तो सही गल आ, पंजाबी दी सेवा कर रहे ने, पंजाबी मां बोली नू तरजीह दे रहे ने, ते जदों ऑफर आउंदी आ तां उदों अगे भी वधना चाहीदा, पर भला साहब पंजाबी दे लंबरदार ने, पंजाबी नू ही तरजीह दे रहे ने। ते तुहाडी गलबात करवाई है जसविंदर सिंह भला होरां दे नाल, फिल्मां दे विच इन्हां ने अपना पूरा दमखम दिखाया है, पूरे जोरदार अदाकारी दे नाल ही अगे वधे ने। D5 चैनल पंजाबी ते होवेगी भख दे मुद्दयां दी गल, सियासी पार्टियां नू करांगे सवाल ताकि लोक मसले होण हल। D5 चैनल पंजाबी ते पंजाब डिबेट सोमवार तो शुक्रवार तक शामी 6 बजे तो 7 बजे तक वेखना ना भुलना। पंजाब डिबेट, निडर हां, निरपक्ष रहांगे, आजाद हां, सच कहांगे, गल करांगे सियासी हवा दी, होणगे हुकमराना नू सिद्धे सवाल, सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कनेडा दी हर सियासी खबर लेके आवांगे तुहाडे वल, उभरांगे पंजाब दी आवाज बनके, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।